ਸਤ ਸ੍ਰੀ ਅਕਾਲ ਦੋਸਤੋ ਤੁਸੀਂ ਸੀਂ ਦੇਖਣਾ ਸ਼ੁਰੂ ਕਰ ਚੁੱਕੇ ਹਾਂ ਪਿੰਡ ਆਸਟ੍ਰੇਲੀਆ ਤੇ ਮੈਂ ਤੁਹਾਡਾ ਦੋਸਤ ਤੇ ਹੋਸਟ ਮਿੰਟੂ ਬਰਾੜ ਇੱਕ ਵਾਰ ਫੇਰ ਹਾਜ਼ਰ ਹਾਂ ਜੀ ਨਿੱਕੇ ਨਿੱਕੇ ਕੰਮ ਨਿੱਕੀ ਜੀ ਸਾਡੀ ਦੁਨੀਆ ਤੇ ਨਿੱਕੇ ਨਿੱਕੇ ਸਾਡੇ ਚਾਹ ਤੇ ਉਹ ਚਾਹਾਂ ਨੂੰ ਤੁਹਾਡੇ ਨਾਲ ਸਾਂਝਾ ਕਰਕੇ ਪਤਾ ਨਹੀਂ ਕਈ ਗੁਣਾ ਵੱਡੇ ਕਰ ਲਈਦਾ ਨਿੱਕੀਆਂ ਜੀਆਂ ਖੁਸ਼ੀਆਂ ਨੂੰ ਪਤਾ ਨਹੀਂ ਕਿੰਨੀਆਂ ਕਿ ਵੱਡੀਆਂ ਕਰ ਲਈਦੀਆਂ ਜਦੋਂ ਤੁਹਾਡੇ ਕਮੈਂਟ ਪੜਦੇ ਆ ਤੁਹਾਡੇ ਸਨੇਹੇ ਪੜਦੇ ਆ ਜਦੋਂ ਤੁਸੀਂ ਮਿਲਦੇ ਹੋ ਪਿਆਰ ਵਖਸ਼ਦੇ ਹੋ ਤਾਂ ਦਿਲ ਕਰਦਾ ਵੀ ਜੋ ਵੀ ਕੁਛ ਕਰਦੇ ਆ ਜੋ ਵੀ ਆਪਣੀ ਨਿੱਕੀ ਜੀ ਖੁਸ਼ੀ ਸਾਜ ਆਪਦੇ ਨਾਲ ਮਨਾਉਣੇ ਆ ਉਹ ਤੁਹਾਡੇ ਨਾਲ ਜਰੂਰ ਸਾਂਝੀ ਕਰੀਏ ਸੋ ਅੱਜ ਵੀ ਇੱਕ ਸਵੇਰ ਸਵੇਰ ਉੱਠੇ ਆ ਰਿਵਰ ਲੈਂਡ ਦੇ ਵਿੱਚ ਹਾਂ ਤੇ ਸੰਤਰਿਆਂ ਦੀ ਜਿਹੜੀ ਖਾਦ ਆ 15 ਦਿਨਾਂ ਤੋਂ ਖਾਦ ਨਿਕਲਦੀ ਆ ਜਾਂ ਮਹੀਨੇ ਤੋਂ ਐਸ ਰੁੱਤ ਦੇ ਵਿੱਚ ਖਾਸ ਕਰਕੇ ਜਦੋਂ ਸੰਤਰੇ ਫੁੱਲਾਂ ਤੋਂ ਬਾਅਦ ਛੋਟੇ ਛੋਟੇ ਬੋਲਾਂ ਬਣ ਜਾਂਦੀਆਂ ਤਾਂ ਹਰ 15 ਦਿਨਾਂ ਤੋਂ ਜਾਂ ਮਹੀਨੇ ਤੋਂ ਇੱਕ ਸਕੇਡਿਊਲ ਬਣਿਆ ਹੋਇਆ ਉਸ ਮੁਤਾਬਕ ਅਸੀਂ ਖਾਦ ਇਹਨਾਂ ਚ ਪਾਉਣੇ ਆ ਤੁਸੀਂ ਅਕਸਰ ਮੇਰੀ ਭਾਸ਼ਾ ਥੋੜੀ ਜਿਹੀ ਬਦਲੀ ਬਦਲੀ ਦੇਖੀ ਹੋਊਗੀ ਕਿਉਂਕਿ ਜਦੋਂ ਜਿੱਥੇ ਜੇ ਰਹਨੇ ਹਾਂ ਤੁਸੀਂ ਉੱਥੇ ਜੀ ਭਾਸ਼ਾ ਹੋ ਜਾਂਦੀ ਆ ਇੱਥੇ ਖਾਦ ਪਾਉਣ ਦੀ ਥਾਂ ਤੇ ਮੈਂ ਸ਼ਬਦ ਵਰਤਾਂ ਖਾਦ ਕੱਢਦੇ ਆ ਮੈਨੂੰ ਕਈਆਂ ਨੇ ਟੋਕਿਆ ਇਸ ਗੱਲ ਤੋਂ ਕੱਢਣੀ ਕੀ ਹੋਇਆ ਖਾਦ ਦੇਖੋ ਹਰ ਚੀਜ਼ ਹੁੰਦਾ ਜਿਵੇਂ ਲੋਕ ਪੰਜਾਬੀ ਸ਼ੁੱਧ ਬੋਲਣ ਲਈ ਕਹਿੰਦੇ ਆ ਵੀ ਛੱਲੀ ਖਾਣੀ ਨਿੰਦੀ ਛੱਲੀ ਚੱਪਣੀ ਹੁੰਦੀ ਆ ਠੀਕ ਆ ਜੀ ਸੋ ਗੰਨਾ ਚੂਪਣਾ ਹੁੰਦਾ ਗੰਨਾ ਖਾਣਾ ਨਹੀਂ ਹੁੰਦਾ ਉਵੇਂ ਜਿਕੇ ਇੱਥੇ ਜਦੋਂ ਹੁਣ ਅਸੀਂ ਖਾਦ ਪਾਉਂਦੇ ਹੁੰਦੇ ਸੀ ਪਾਉਂਦੇ ਹੁੰਦੇ ਸੀ ਖਾਦ ਚੜੂnga ਬੰਨ ਕੇ ਮੇਰੇ ਅੱਜ ਵੀ ਯਾਦ ਆ ਤੇ ਉਦੋਂ ਉਹਨੂੰ ਪਾਉਣਾ ਕਿਹਾ ਜਾਂਦਾ ਸੀ ਵੀ ਅਸੀਂ ਖਾਦ ਪਾ ਰਹੇ ਹਾਂ ਇੱਥੇ ਖਾਦ ਕੱਢਣ ਦਾ ਕਾਰਨ ਕਹਿਣ ਦਾ ਕਾਰਨ ਕੀ ਆ ਵੀ ਖਾਦ ਅਸੀਂ ਇਰੀਗੇਸ਼ਨ ਸਿਸਟਮ ਦੇ ਵਿੱਚ ਦੀ ਡ੍ਰਿਪ ਲਾਈਨ ਦੇ ਵਿੱਚ ਦੀ ਟਪਕਾ ਸਚਾਈ ਰਾਹੀਂ ਖੇਤਾਂ 'ਚ ਪਾਉਨੇ ਆ ਤੇ ਉਹਦੇ ਰਾਹੀਂ ਕੱਢਦੇ ਆ ਜਦੋਂ ਉਹਦੇ ਰਾਹੀਂ ਕੱਢੀ ਜਾਂਦੀ ਆ ਤਾਂ ਖੇਤ 'ਚ ਉਹਦੀ ਜੜ ਨੂੰ ਜਾਂਦੀ ਆ ਸੋ ਇਹ ਤਕਰੀਬਨ ਸਿਸਟਮ ਪਿਛਲੇ 4 ਸਾਲ ਪਹਿਲਾਂ ਤੋਂ ਆਪਾਂ ਲਾਇਆ ਹੋਇਆ ਤੇ ਇਹ ਸਿਸਟਮ ਨੇ ਜਾਣ ਬੜੀ ਸੌਖੀ ਕੀਤੀ ਹੋਈ ਆ ਜਿਹੜਾ ਇੱਕ ਵੱਡਾ ਬਹੁਤ ਵੱਡਾ ਕੰਮ ਹੁੰਦਾ ਸੀ ਜਿਹੜੀਆਂ ਖਾਦਾਂ ਪਾਉਣ ਦਾ ਪਹਿਲਾਂ ਪਸ਼ੋਕੜ ਦੇ ਵਿੱਚ ਤੇ ਪਰ ਹੁਣ ਕੋਈ ਵੱਡਾ ਕੰਮ ਨਹੀਂ ਹੈ ਆਸਟ੍ਰੇਲੀਆ ਦੇ ਵਿੱਚ ਤਾਂ ਇਹ ਬਹੁਤ ਪਹਿਲਾਂ ਟੈਕਨੋਲੋਜੀ ਆ ਗਈ ਅਸੀਂ ਵੀ ਇਹ ਲਾਈਨ ਨੂੰ 4 ਸਾਲ ਹੋ ਗਏ ਤਾਂ ਇਹਦੇ ਜਰੀਏ ਤੁਸੀਂ ਜਿੰਨੀਆਂ ਵੀ ਖਾਦਾਂ ਚਾਹੋ ਲਿਕਵਿਡ ਚਾਹੋਵੇ ਯਾਨੀ ਕਿ ਤਰਲ ਚ ਹੋਵੇ ਤੇ ਚਾਹੇ ਉਹ ਦਾਣੇਦਾਰ ਖਾਦ ਜਿਵੇਂ ਹੁੰਦੀ ਆ ਆਪਣੀ ਟ੍ਰੈਡੀਸ਼ਨਲ ਜਿਹਨੂੰ ਕਹਿ ਸਕਦੇ ਆ ਉਹ ਹੋਵੇ ਤਾਂ ਉਹ ਇਹਦੇ ਵਿੱਚ ਇੱਕ ਸਿਸਟਮ ਦੇ ਵਿੱਚ ਘੋਲ ਕੇ ਤੇ ਉਹਨੂੰ ਲੰਘਾਇਆ ਜਾਂਦਾ ਤੇ ਪੂਰਾ ਇਕੋ ਦੇਚ ਸੈਟਅਪ ਕਰਨਾ ਪੈਂਦਾ ਉਹਦੇ ਲਈ ਸਸਤਾ ਨਹੀਂ ਹੈ ਸੈਟਅਪ ਸੈਟਅਪ ਕਾਫੀ ਮਹਿੰਗਾ ਫਿਰ ਵੀ ਜੇ ਲਾਈਏ ਤਾਂ 10-15000 ਡਾਲਰ ਉਹਦੇ ਤੇ ਲੱਗ ਜਾਂਦਾ ਜਦੋਂ ਉਹਨੂੰ ਤੁਸੀਂ ਪੂਰੇ ਸਹੀ ਤਰੀਕੇ ਨਾਲ ਉਹਨੂੰ ਸੈਟਅਪ ਕਰਦੇ ਹੋ ਸੋ ਅੱਜ ਇਹ ਸੈਟਅਪ ਮੈਂ ਪਹਿਲਾਂ ਵੀ ਥੋੜਾ ਬਹੁਤ ਤਾਂ ਕਿਸੇ ਨਾ ਕਿਸੇ ਵੀਡੀਓ 'ਚ ਦਿਖਾਇਆ ਸੀ ਪਰ ਅੱਜ ਮੈਂ ਪੂਰਾ ਪ੍ਰੋਸੈਸ ਦਿਖਾਉਣਾ ਵੀ ਕਿਵੇਂ ਖਾਦ ਸੰਤਰਿਆਂ ਦੇ ਵਿੱਚ ਅਸੀਂ ਖਾਦ ਕੱਢਾਂਗੇ ਅੱਜ ਪਿੱਛੇ ਤੁਸੀਂ ਮੇਰੇ ਦੇਖ ਰਹੇ ਹੋ ਸੰਤਰਿਆਂ ਦਾ ਬਲਾਕ ਹੈ ਜੀ ਆ ਜਿਹੜੇ ਗ੍ਰਾਫਟ ਕਰੇ ਸੀ ਸੋਹਣੇ ਹੋ ਗਏ ਐਤਕੀ ਫਰੂਟ ਚੰਗਾ ਲੱਗਿਆ ਇਹਨਾਂ ਨੂੰ ਅਗਲੇ ਸਾਲ ਨੂੰ ਇਹ ਪਰ ਜਵਾਨੀ ਚ ਆ ਜਾਣਗੇ ਪਰ ਹੁਣ ਰੰਗ ਦੇਖੋ ਇਹਨਾਂ 'ਚ ਮੈਂ ਪਿਛਲੇ ਵਾਰੀ ਆਇਰਨ ਗੱਡੀ ਸੀ ਪੀਲਾਪਣ ਝਲਕਦਾ ਸੀ ਪਰ ਅੱਜ ਉਹ ਪੀਲਾਪਣ ਚੱਕਿਆ ਗਿਆ ਤੇ ਬਹੁਤ ਸੋਹਣਾ ਜਿਹੜਾ ਇਹਨਾਂ ਦਾ ਰੰਗ ਰੂਪ ਬਣਿਆ ਹੋਇਆ ਤੇ ਅੱਜ ਇਹ 'ਚ ਮੈਂ ਕੱਢ ਰਿਹਾ ਕੈਲਸ਼ੀਅਮ ਨਾਈਟ੍ਰੇਟ ਅੱਜ ਮੈਂ ਇੱਕੋ ਹੀ ਖਾਦ ਕੱਢਣੀ ਹੈ ਕੈਲਸ਼ੀਅਮ ਨਾਈਟ੍ਰੇਟ ਤੇ ਸਿਰਫ 10 ਬੈਗ ਇਹ 'ਚ ਮੈਂ ਕੱਢਨੇ ਆ 25 ਕਿਲੋ ਦਾ ਬੈਗ ਆ 10 ਬੈਗ ਮੈਂ ਕੱਢਨੇ ਆ ਇਹਦੇ 'ਚ ਇੱਕ ਸਟੈਪ ਆ ਜਿਵੇਂ ਪਿਛਲੇ ਵਾਰੀ ਮੈਂ ਮੈਪ ਕੱਢੀ ਸੀ ਉਦੋਂ ਪਿਛਲੇ ਮੈਂ ਇਜ਼ੀ ਐਂਡ ਨਾਈਟ੍ਰੋਜਨ ਕੱਢੀ ਸੀ ਕੱਲੀ ਫੇਰ ਹੁਣ ਇਸ ਤੋਂ ਅੱਗੇ ਜਦੋਂ ਇਹਨਾਂ ਚ ਰਸ ਬਣ ਗਿਆ ਉਦੋਂ ਮੈਂ ਪੋਟਾਸ਼ ਕੱਢੂਗਾ ਇਹ ਸਾਰੀਆਂ ਚੀਜ਼ਾਂ ਮੈਂ ਇੱਕ ਹੋਰ ਕਲੀਅਰ ਕਰ ਦਿਆਂ ਪਹਿਲਾਂ ਇੱਥੇ ਇਹ ਸਾਰੀਆਂ ਚੀਜ਼ਾਂ ਕੋਈ ਮੈਨੂੰ ਇਹ ਨਹੀਂ ਮੈਂ ਕਹਿ ਸਕਦਾ ਵੀ ਮੈਂ ਗੁਣੀ ਗਿਆਨੀ ਆ ਜਾਂ ਮੈਂ ਪਿੱਛੋਂ ਬਾਗਦਾ ਰੱਖਦਾ ਤਾਂ ਮੈਨੂੰ ਪਤਾ ਇਹ ਇੱਥੋਂ ਦੀ ਇੱਕ ਸਿਸਟਮ ਆ ਜਦੋਂ ਜਿਹੜੀ ਚੀਜ਼ ਦੀ ਵੀ ਤੁਸੀਂ ਖੇਤੀ ਕਰਦੇ ਹੋ ਤਾਂ ਤੁਸੀਂ ਇੱਥੋਂ ਦੇ ਮਾਹਰਾਂ ਨਾਲ ਡਾਕਟਰਾਂ ਨਾਲ ਆਰਗੋਮਨਿਸਟ ਕਹਿੰਦੇ ਆ ਜਿਨ੍ਹਾਂ ਨੂੰ ਇੱਥੇ ਜਿਹੜੇ ਖੇਤੀ ਦੇ ਡਾਕਟਰ ਮਹਾਰਾ ਉਹ ਤੁਹਾਡੇ ਨਾਲ ਜੁੜ ਜਾਂਦੇ ਆ ਉਹ ਜਿਹੜੀਆਂ ਕੰਪਨੀਆਂ ਖਾਦਾਂ ਵੇਚਦੀਆਂ ਉਹ ਤੁਹਾਡੇ ਖੇਤ ਭੇਜਦੇ ਆ 100 ਡਾਲਰ ਘੰਟੇ ਦਾ ਵੱਧ ਤੋਂ ਵੱਧ ਲੈਂਦੇ ਆ ਚਾਰਜ ਜੇ ਤੁਸੀਂ ਉਹਨਾਂ ਤੋਂ ਕਰਾਉਣੇ ਆ ਜੇ ਕੰਪਨੀ ਤੋਂ ਖਰੀਦਦੇ ਹੋ ਤਾਂ ਉਹ ਲੈਂਦੇ ਵੀ ਨਹੀਂ ਉਹ ਤੇ ਉਹ ਤੁਹਾਡੀ ਹਰ ਘਾਟ ਕਮੀ ਦੱਸ ਜਾਂਦੇ ਆ ਵੀ ਇਸ ਬੁੱਟੇ 'ਚ ਆ ਘਾਟ ਆ ਕਮੀ ਆ ਤੇ ਤੁਸੀਂ ਆ ਖਾਦਾਂ ਦਾ ਚਾਰਟ ਫਾਲੋ ਕਰੋ ਸੋ ਇੱਕ ਚਾਰਟ ਬਣਿਆ ਹੋਇਆ ਜੀ ਉਹ ਚਾਰਟ ਦੇਤੇ ਜਿਹੜੀ ਵੀ ਚੀਜ਼ ਮੈਂ ਕਰ ਦਿੰਨਾ ਉਹ ਟਿਕ ਕਰ ਦਿੰਦੇ ਆ ਅਸੀਂ ਇਹ ਖਾਦਾਂ ਤਕਰੀਬਨ ਸਤੰਬਰ ਮਹੀਨੇ ਦੇ ਵਿੱਚ ਸ਼ੁਰੂ ਹੋ ਜਾਂਦੀਆਂ ਪੈਣੀਆਂ ਕਿਉਂਕਿ ਤਕਰੀਬਨ ਫਰੂਟ ਆ ਜਿਹੜਾ ਮੇਨ ਵੈਰਾਈਟੀਆਂ ਸਤੰਬਰ ਤੱਕ ਟੁੱਟ ਜਾਂਦੀਆਂ ਕੱਲ ਹੀ ਬਲੈਂਸੀਆ ਰਹਿ ਜਾਂਦਾ ਪਰ ਫੇਰ ਵੀ ਸਤੰਬਰ ਚ ਅਸੀਂ ਖਾਦਾਂ ਪਾਉਣੀਆਂ ਸ਼ੁਰੂ ਕਰ ਦਿੰਨੇ ਆ ਤੇ ਅਖੀਰ ਜਿਹੜੀ ਹੁਣ ਖਾਦ ਆ ਉਹ ਜਨਵਰੀ ਦੇ ਐਂਡ ਜਾਂ ਫਰਵਰੀ ਦੇ ਪਹਿਲੇ ਹਫਤੇ ਤੱਕ ਚੱਲੂਗੀ। ਉਹਦੇ ਨਾਲ ਜਿਹੜੀ ਇਹਦੇ ਬੂਟੇ ਦੀ ਜਿਹੜਾ ਜਿਹੜਾ ਟਾਈਮ ਉਹਨੂੰ ਚਾਹੀਦਾ ਗਰੋਥ ਕਰਨ ਲਈ ਫਰੂਟ ਲਾਉਣ ਲਈ ਫਲਾਵਰਿੰਗ ਲਈ ਉਵੇਂ-ਉਵੇਂ ਉਹਨੂੰ ਉਹ ਬਣਾਇਆ ਹੋਇਆ ਚਾਰਟ ਉਹ ਮੈਂ ਚਾਰਟ ਵੀ ਉਹਦੀ ਇੱਕ ਫੋਟੋ ਤੁਹਾਡੇ ਨਾਲ ਸ਼ੇਅਰ ਕਰੂੰਗਾ ਇਸ ਦੇ ਸਕਰੀਨ ਦੇ ਉੱਤੇ ਤੇ ਪਰ ਫਿਲਹਾਲ ਆਪਾਂ ਸ਼ੈੱਡ ਖੋਲਦਿਆਂ ਜੀ ਖਾਦ ਉਧਰ ਪਾਇਲਟਾਂ ਦੇ ਪਾਇਲਟ ਆਏ ਪਏ ਹੁੰਦੇ ਆ ਇਕੱਠੇ ਲੈ ਆਉਣੇ ਆ ਤੇ ਉਹ ਮੈਂ ਟਰੈਕਟਰ ਤੇ ਲੱਦ ਕੇ ਇੱਥੇ ਲੈ ਕੇ ਆਉਣਾ 10 ਕ ਬੈਗ ਤੇ ਫਿਰ ਉਹਨੂੰ ਤੁਹਾਨੂੰ ਸਾਰਾ ਪ੍ਰੋਸੈਸ ਦਿਖਾਉਣੇ ਆ ਸੋ ਤੁਸੀਂ ਇੰਨਾ ਪਿਆਰ ਬਖਸ਼ਦੇ ਹੋ ਤੇ ਕਈ ਵਾਰੀ ਸੱਜਣ ਮਿੱਤਰ ਕਹਿੰਦੇ ਆ ਵੀ ਬੜਾ ਖਪੋਖੂਣ ਹੋਈ ਜਾਂਦਾ ਬੜਾ ਰੋਜ਼ ਇਹ ਕੁਛ ਦੇਖੋ ਇਹ ਕੰਮ ਰੋਜ਼ ਨਹੀਂ ਕਰਨੇ ਹੁੰਦੇ ਇਹ ਕੰਮ ਜਿਹੜੇ ਸੰਤਰਾ ਸਾਰੇ ਸਾਲ ਦੀ 6-7 ਵਾਰੀ ਖਾਦ ਪਾਉਣੀ ਹੁੰਦੀ ਆ ਸੋ ਇੱਕ ਇਹਨੂੰ ਇੰਜੋਏ ਦੇ ਤੌਰ ਤੇ ਫਨ ਦੇ ਤੌਰ ਤੇ ਲੈ ਕੇ ਅਸੀਂ ਕੰਮ ਕਰਨਾ ਪੈਂਦਾ ਵਿਦੇਸ਼ਾਂ ਦੇ ਆ ਵਿੱਚ ਆ ਕੇ ਚਾਹੇ ਰੋ ਕੇ ਕਰ ਲਈਏ ਚਾਹੇ ਇਹਨੂੰ ਐ ਕਹਿ ਕੇ ਕਰ ਲਈਏ ਵੀ ਨਜ਼ਾਰਾ ਆ ਰਿਹਾ ਤਾਂ ਉਹ ਨਜ਼ਾਰਾ ਲੈ ਕੇ ਆਪਾਂ ਤਾਂ ਕਰਦੇ ਆਂ ਆਪਾਂ ਤਾਂ ਹਰ ਕੰਮ ਨਜ਼ਾਰੇ ਨਾਲ ਕਰਦੇ ਆਂ ਸੋ ਤੁਹਾਨੂੰ ਵੀ ਮੈਂ ਇੱਕ ਬੇਨਤੀ ਕਰਦਾ ਦੁਨੀਆ 'ਚ ਕਿਤੇ ਵੀ বাসਦੇ ਹੋ ਕੰਮ ਤੋਂ ਸ਼ਰਮ ਨਾ ਮੰਨਿਓ ਕੰਮ ਬੰਦੇ ਦੇ ਕਰਮ ਆ ਜੇ ਕੰਮ ਕਰਦੇ ਹੋ ਤਾਂ ਹੀ ਬਾਗ-ਬਹਾਰ ਲੱਗਦਿਆ ਐਵੇਂ ਨਹੀਂ ਆਂ ਕੀ ਆ ਗੱਲ ਕਰਦੇ ਹੋ ਯਾਰ ਆਪਾਂ ਨੂੰ ਟਰਾਲੀ ਬੈਕ ਲਾਉਣੀ ਵੀ ਹੁੰਦੀ ਆ ਉਹ ਦੇਖੋ ਲਾਤੀ ਜਿਹੜਾ ਮਰਜ਼ੀ ਲਾ ਲਓ ਮੇਰੇ ਨਾਲ ਬਰਾਬਰ ਟਰਾਲੀ ਸੋ ਆ ਤੁਹਾਡੇ ਸਾਹਮਣੇ ਖਾਦ ਆ ਗਈ ਹੈ ਜੀ ਕੈਲਸ਼ੀਅਮ ਨਾਈਟ੍ਰੇਟ ਆ ਇਹ ਮੈਨੂੰ ਲੱਗਦਾ 10 ਕੱਟੇ ਆ ਅਖੀਰਲੀ ਵਾਰ ਪੈਣੀ ਹੈ ਕੈਲਸ਼ੀਅਮ ਨਾਈਟ੍ਰੇਟ ਪਹਿਲਾਂ ਵੀ ਪਾਈ ਗਈ ਇੱਕ ਦੋ ਵਾਰੀ ਤੇ ਹੁਣ ਆਪਾਂ ਇਹਨੂੰ ਦਿਖਾਉਣੇ ਆ ਮੈਂ ਕੱਟੇ ਖੋਲ ਕੇ ਉਹਦੇ ਚ ਪਾਣੀ ਕਿਵੇਂ ਛੱਡਦਾ ਉਹ ਸਾਰਾ ਨਾਲ ਦੀ ਨਾਲ ਪ੍ਰੋਸੈਸ ਤੁਹਾਨੂੰ ਦਿਖਾਈ ਜਾ ਇਹ ਆ ਜੀ ਸਾਡਾ ਖਾਦ ਘੋਲਣ ਵਾਲਾ ਟੈਂਕ ਇਹ ਚ ਤਕਰੀਬਨ 2000 ਲੀਟਰ ਪਾਣੀ ਪੈ ਜਾਂਦਾ ਜੀ ਤੇ ਜਿਵੇਂ ਜਿਵੇਂ ਪ੍ਰੋਸੈਸ ਚੱਲੂ ਤੁਹਾਨੂੰ ਅੱਗੇ ਅੱਗੇ ਦਿਖਾਵਾਂਗੇ ਉਦੋਂ ਬਾਅਦ ਆ ਸੈਟਅਪ ਆ ਜੀ ਨਵੇਂ ਬੰਦੇ ਲਈ ਥੋੜੀ ਜੀ ਕਨਫਿਊਜ਼ ਕਨਫਿਊਜ਼ਨ ਆਉਂਦੀ ਆ ਵੀ ਇਹ ਕੀ ਹੈਗਾ ਸਿਸਟਮ ਪਰ ਤਕਰੀਬਨ ਮਾਰਕ ਕੀਤਾ ਹੋਇਆ ਵੀ ਆ ਫਲਸ਼ ਟੈਂਕ ਆ ਆ ਮਿਕਸਿੰਗ ਆ ਆ ਟੈਪ ਆ ਹਰ ਚੀਜ਼ ਲਿਖੀ ਹੋਈ ਆ ਸੋ ਇਹ ਦੋਨੇ ਪੰਪਾਂ ਦੀ ਖੇਡ ਆ ਜੀ ਇੱਕ ਪੰਪ ਇਹਨੂੰ ਮਿਕਸ ਕਰਦਾ ਹੈਗਾ ਇਹ ਵਾਲਾ ਪੰਪ ਆ ਜਿਹੜਾ ਇਹ ਮਿਕਸਿੰਗ ਪੰਪ ਆ ਜੀ ਇਹ ਖਾਦ ਨੂੰ ਘੋਲਦਾ ਯਾਨੀ ਕਿ ਘੋਲਣ ਦੀ ਡਿਊਟੀ ਆ ਇਹਦੀ ਤੇ ਇਹਦੀ ਹੈਗੀ ਖਾਦ ਨੂੰ ਪੁਸ਼ ਕਰਮ ਦੀ ਡਿਊਟੀ ਜਿਹੜਾ ਕਿ ਮੇਨ ਪਾਈਪਲਾਈਨ ਜਿਹੜੀ ਆ ਹੈਗੀ ਆ ਫਿਲਟਰ ਤੋਂ ਬਾਹਰ ਦੀ ਇਹ ਫਿਲਟਰ ਆ ਪਰ ਫਿਲਟਰ ਤੋਂ ਬਾਹਰ ਦੀ ਇਹ ਜਾ ਕੇ ਇੱਥੇ ਨੂੰ ਇੰਜੈਕਟ ਕਰ ਦਿੰਦਾ ਆ ਪੈਪਰਾਹੀਂ ਆ ਟੂਟੀ ਰਹੀਂ ਸੋ ਇਹ ਇੰਜੈਕਟ ਹੋ ਕੇ ਖਾਦ ਫਿਰ ਸਿੱਧੀ ਫਾਰਮ ਦੇ ਵਿੱਚ ਚਲੀ ਜਾਂਦੀ ਆ ਜਿੱਥੇ-ਜਿੱਥੇ ਤੁਪਕਾ ਡਿਗੂਆ ਪਾਣੀ ਦਾ ਉੱਥੇ-ਉੱਥੇ ਇਹ ਪੈਂਦੀ ਜਾਊਗੀ ਇਹਨੂੰ ਤੁਸੀਂ ਆਟੋ ਤੇ ਵੀ ਲਾ ਸਕਦੇ ਹੋ ਖਾਦ ਘੋਲ ਕੇ ਪਾ ਦਿਓ ਆਟੋ ਉਥੋਂ ਕੰਟਰੋਲਰ ਤੋਂ ਆਟੋ ਕਰ ਦਿਓ ਤੇ ਤੁਹਾਨੂੰ ਇਹ ਆਪੇ ਪਾਈ ਜਾਊਗਾ ਤੇ ਜਦੋਂ ਲੋੜ ਆ ਵੀ ਜਿਵੇਂ ਅੱਜ 2 ਘੰਟੇ ਚੱਲ ਗਈ ਕੱਲ ਨੂੰ 2 ਘੰਟੇ ਚੱਲ ਗਈ ਪਰ ਆਪਾਂ ਇਦਾਂ ਨਹੀਂ ਆਪਾਂ ਮੈਨੂਅਲ ਪਾਉਣੀ ਆ ਅੱਜ ਸੋ ਮੈਨੂਅਲ ਪਾਉਣ ਲਈ ਮੈਂ ਤੁਹਾਨੂੰ ਹੁਣ ਦਿਖਾਉਣਾ ਜੀ ਲਓ ਜੀ ਸਭ ਤੋਂ ਪਹਿਲਾਂ ਇਹਦਾ ਆਪਾਂ ਕਰਨੇ ਆ ਬਟਨ ਬੰਦ ਫਲਸ਼ ਵਾਲਾ ਬੰਦ ਆ ਜੀ ਠੀਕ ਆ ਵੀ ਬਾਹਰ ਨਾ ਡੁੱਲੇ ਹੁਣ ਆਪਾਂ ਇਹਦੇ ਚ ਛੱਡਦੇ ਆ ਸਾਫਤਾ ਹੈ ਗਈ ਨਹੀਂ ਤਾਂ ਕਿਹੜੀ ਸਾਫ ਵੀ ਕਰਨਾ ਪੈਂਦਾ ਇਹਦੇ ਚ ਮੈਂ ਦੱਸ ਦਿਆਂ ਜਿਹੜੀਆਂ 4 ਪਾਈਪਾਂ ਨਾਲ ਥੱਲੇ ਇਹ ਮਧਾਣੀ ਵਾਂਗੂ ਘੁਗਦੀਆਂ ਨਹੀਂ ਵੀ ਮਧਾਣੀ ਵਾਂਗੂ ਕੋ ਪਰ ਇਹਨਾਂ ਦੇ ਵਿੱਚ ਪਾਣੀ ਦੇ ਇਸ ਠੰਗਣਾ ਹੱਲ ਕੀਤਾ ਵੀ ਚਾਰ ਸਰਾਖ ਇਧਰ ਕੱਢ ਤੇ ਚਾਰ ਉਧਰ ਕੱਢ ਤੇ ਚਾਰ ਇਧਰ ਚਾਰ ਉਧਰ ਉਹ ਪਾਣੀ ਜਦੋਂ ਘੇਰੇ ਲੋਟ ਚੱਲਦਾ ਤਾਂ ਉਹ ਪਾਣੀ ਆਟੋਮੈਟਿਕਲੀ ਘੁੰਮਣ ਲੱਗ ਜਾਂਦਾ ਹੁਣ ਮੈਂ ਤੁਹਾਨੂੰ ਇੱਥੇ ਇਹਦੇ ਵਿੱਚ ਪਾਣੀ ਛੱਡਦਾ ਥੋੜਾ ਜਿਹਾ ਗਿਰਾ ਬਿਨਾ ਪੰਪ ਤੋਂ ਲੋਜੀ ਆ ਪਿਛਲੀ ਇਹਦੇ ਚ ਉਹ ਪਾਈ ਸੀ ਆਇਰਨ ਤਾਂ ਕਰਕੇ ਲਾਹਰ ਰੰਗ ਦਾ ਪਾਣੀ ਆਇਆ ਸੋ ਇਹਦੇ ਵਿੱਚ ਕਿਰਾਂ ਆਪਾਂ ਥੋੜਾ ਜਿਹਾ ਪਾਣੀ ਇਹਦੇ ਵਿੱਚ ਛੱਡ ਕੇ ਨਾ ਫਿਰ ਤੁਹਾਨੂੰ ਘੁਮਾ ਕੇ ਦਿਖਾਉਣੇ ਆ ਵੀ ਪمپ ਛੱਡ ਕੇ ਜਿਹੜਾ ਮਿਕਸਿੰਗ ਪੰਪ ਆ ਕਿਵੇਂ ਕੰਮ ਕਰਦਾ ਲਓ ਜੀ ਹੁਣ ਮੈਂ ਆ ਜਿਹੜਾ ਮਿਕਸਿੰਗ ਪੰਪ ਆ ਇਸ ਨੂੰ ਛੱਡ ਰਿਆਂ ਦੇਖੋ ਜੀ ਲਓ ਜੀ ਚੱਲ ਪਿਆ ਹੁਣ ਤੁਸੀਂ ਦੇਖੋ ਕਿੱਥੋਂ ਪਾਣੀ ਨਿਕਲਦਾ ਅਰੇ ਫੇ ਚਾਰ ਸਰਾਖ ਉਧਰ ਆ ਚਾਰ ਇਧਰ ਆ ਚਾਰ ਉਧਰ ਆ ਪੈ ਗਿਆ ਨਾ ਪਚਾਲ ਪਾਣੀ ਦਾ ਲਓ ਜੀ ਮੈਂ ਇੱਕ ਵਾਰੀ ਬੰਦ ਕਰਤਾ ਕਿਉਂਕਿ ਫਿਰ ਮੈਂ ਖਾਦ ਪਾ ਕੇ ਘੋਲੂਆਂ ਇਹਨੂੰ ਅੱਗੇ ਵਧਣ ਤੋਂ ਪਹਿਲਾਂ ਨਾ ਮੇਰੇ ਨਾਲ ਇੱਕ ਉਹ ਆ ਗਈ ਯਾਦ ਆ ਗਈ ਤੇ ਪੁਰਾਣੀ ਯਾਦ ਸਾਂਝੀ ਕਰ ਲਈਏ ਜਦੋਂ ਮੈਂ ਗੱਟੇ ਪਾੜ ਰਿਹਾ ਸੀ ਕਈਆਂ ਦੇ ਪੀੜ ਲੱਗੀ ਹੋਣੀ ਆ ਗੱਟੇ ਪਾੜਨ ਵੇਲੇ ਕਈਆਂ ਦੇ ਲੱਗੀ ਹੋਣੀ ਆ ਪੀੜ ਸਾਡੇ ਲਈ ਇਹ ਗੱਟਾ ਅਸੀਂ ਉਸ ਜ਼ਮਾਨੇ ਦੇ ਬੰਦੇ ਆ ਸਾਡੇ ਲਈ ਇਹ ਗੱਟਾ ਜਿਹੜਾ ਇਹ ਜਿਹੜਾ ਇਹ ਇਸ ਜੂਰੀਆ ਦੇ ਆਉਣ ਲੱਗੇ ਸੀ ਜਾਂ ਡੀਪੀ ਚ ਆਉਣ ਲੱਗੇ ਸੀ ਸਾਡੀ ਸੁਰਤ ਚ ਤੇ ਦੁਰਲਭ ਆਈਟਮ ਹੁੰਦੀ ਸੀ ਸਕੂਲ ਜਾਂਦੇ ਬੋਰੀ ਤੱਪੜ ਝਾੜ ਸਕੂਲਾਂ ਚ ਪੜ੍ਹੇ ਆ ਜੀ ਜਦੋਂ ਤੱਪੜ ਲੈ ਕੇ ਜਾਂਦੇ ਬੋਰੀ ਲੈ ਕੇ ਜਾਂਦੇ ਨਾਲ ਤੇ ਜੇ ਕਿਸੇ ਜਵਾਗ ਕੋਲੇ ਜੂਰੀ ਵਾਲਾ ਗੱਟਾ ਹੁੰਦਾ ਬਈ ਉਹਦੀ ਛਾਣ ਆ ਜਿਹੜੀ ਟਾਟੇ ਵਿਰਲੇ ਤੋਂ ਘੱਟ ਨਹੀਂ ਹੁੰਦੀ ਸੀ ਉਹਦਾ ਉਹ ਅਮੀਰਾਂ ਚ ਗਿਣਾ ਜਾਂਦਾ ਸੀ ਬੜੀ ਮੁਸ਼ਕਲ ਨਾਲ ਇੱਕ ਅਦਾ ਗੱਟਾ ਮਿਲਦਾ ਤੇ ਗੱਟਿਆਂ ਨੂੰ ਜਿੰਨਾ ਜਵਾਗ ਪਿਆਰ ਕਰਦੇ ਸੀ ਫਿਰ ਇਹਨਾਂ ਦੇ ਝੋਲੇ ਵੀ ਬਣਾਉਂਦੇ ਸਾਡੇ ਕੋਲੇ ਬੈਗ ਨਹੀਂ ਹੁੰਦੇ ਸੀ ਅਸੀਂ ਇਹਨਾਂ ਦੇ ਝੋਲਿਆਂ 'ਚ ਵੀ ਪੜੇ ਆਂ ਫਿਰ ਇਹਨਾਂ ਦੇ ਇਹਨਾਂ ਗੱਟਿਆਂ ਨਾਲ ਇੱਕ ਮੋਹ ਬੀਬੀਆਂ ਦਾ ਬਹੁਤ ਜ਼ਿਆਦਾ ਸੀ ਖਾਸ ਕਰਕੇ ਬਜ਼ੁਰਗ ਬੀਬੀਆਂ ਦਾ ਉਹ ਇਹਨਾਂ ਦੀਆਂ ਪੱਲੀਆਂ ਸਿਉਂਦੇਗਾ ਉਹ ਚਾਰ-ਚਾਰ ਗੱਟੇ ਜੋੜ ਕੇ ਪੱਲੀਆਂ ਸਿਉਂਦੀਆਂ ਤਿਆਰੀ ਕਰਦੀਆਂ ਵੀ ਕਣਕ ਵੱਢਾਂਗੇ ਤੂੜੀ ਢੋਵਾਂਗੇ ਉਦੋਂ ਕੰਮ ਆਉਣੀਆਂ ਤੇ ਫਿਰ ਉਹ ਪੱਲੀ ਜਿੰਦ-ਜਾਨ ਹੁੰਦੀ ਸੀ ਉਹ ਪੱਲੀ ਦੇ ਉੱਤੇ ਟੈਗ ਲਾਏ ਜਾਂਦੇ ਸੀ ਵੀ ਇਹ ਨੰਬਰਦਾਰਾਂ ਦੀ ਪੱਲੀ ਆ ਭਾਈ ਫਿਰ ਇਹ ਪੱਲੀਆਂ ਚੋਰੀ ਹੁੰਦੀਆਂ ਫੇਰ ਉਹ ਪਛਾਣੀਆਂ ਜਾਂਦੀਆਂ ਵੀ ਫਲਾਨੀ ਪੱਲੀ ਫਲਾਨਿਆਂ ਦੇ ਚੋਰੀ ਹੋਈ ਸੀ ਕੱਲ ਫਲਾਨਾਂ ਲਈ ਫਰਦਾ ਸੀ ਉਹਨੂੰ ਇਹ ਪੱਲੀਆਂ ਪਿੱਛੇ ਲੜਾਈਆਂ ਹੁੰਦੀਆਂ ਸੀ ਕਿੱਡਾ ਛੋਟਾ ਸੰਸਾਰ ਸੀ ਯਾਰ ਕਿੰਡੀਆਂ ਛੋਟੀਆਂ ਗੱਲਾਂ ਸੀ ਕਿੰਨੇ ਛੋਟੇ ਪਦਾਰਥਾਂ ਦੀਆਂ ਗੱਲਾਂ ਸੀ ਅੱਜ ਪਤਾ ਹੀ ਨਹੀਂ ਅੱਜ ਦੇ ਜਵਾਨਾਂ ਨੂੰ ਇਹਨਾਂ ਚੀਜ਼ਾਂ ਦੀ ਤਾਂ ਕੋਈ ਮਹੱਤਤਾ ਹੀ ਨਹੀਂ ਹੈ ਇਹ ਚੀਜ਼ਾਂ ਤਾਂ ਉਹਨਾਂ ਲਈ ਕੋਈ ਚੀਜ਼ ਹੀ ਨਹੀਂ ਹੈ ਤੇ ਜਿਹੜਾ ਕਿਤੇ ਸਾਡਾ ਯੁੱਗ ਸੀ ਨਿੱਕੀਆਂ ਨਿੱਕੀਆਂ ਚੀਜ਼ਾਂ ਜੋ ਜਿੰਨੀ ਸਾਨੂੰ ਖੁਸ਼ੀ ਮਿਲਦੀ ਸੀ ਮੇਰੇ ਯਾਦ ਆ ਜਦੋਂ ਇਹ ਰਹੇਦੇ ਗੱਟੇ ਆਉਣੇ ਤੇ ਸਾਨੂੰ ਨਿਗਾ ਰੱਖਣੀ ਵੀ ਸਾਨੂੰ ਕਿਦੋਂ ਕਿੱਥੋਂ ਮਿਲਣਗੇ ਤਾਂ ਜਗਰਾਤ ਸਿਓ ਸਾਡੇ ਉਹ ਉਹਨਾਂ ਕੋਲੇ ਖਾਦ ਆਉਂਦੀ ਜਦੋਂ ਤੇ ਮੈਂ ਤਾਂ ਆਜੀ ਕੋਲੇ ਜਾ ਕੇ ਮੈਂ ਬਹੁਤ ਉਹਨਾਂ ਨਾਲ लाਡਲਾ ਭਤੀਜਾ ਸੀ ਬਹੁਤ ਉਹਨਾਂ ਦੇ ਢਿੱਡ ਤੇ ਖੇਡਿਆ ਤੇ ਮੈਂ ਉਹਨਾਂ ਨੂੰ ਜਾ ਕੇ ਕਹਿੰਦਾ ਵੀ ਮੈਨੂੰ ਤਾਂ ਆਜੀ ਇੱਕ ਇਕ ਗੱਟਾ ਦਿਓ لازਮੀ ਤੇ ਫਿਰ ਤਾਈ ਜੀ ਚੋਰੀਓ ਸਾਰਿਆਂ ਤੋਂ ਇੱਕ ਗੱਟਾ ਮੇਰੇ ਲਈ ਬਚਾ ਕੇ ਰੱਖਦੇ ਸੋ ਮਿਸ ਜੂ ਤਾਂ ਆਜੀ ਤਾਈ ਜੀ ਦੋਨਾਂ ਨੂੰ ਦੋਨੇ ਚਲੇ ਗਏ ਮੇਰੇ ਕੋ ਇਹਨੂੰ ਇਸ ਜਹਾਨ ਚੋਂ ਛੱਡ ਕੇ ਮੈਂ ਬਹੁਤ ਯਾਦ ਕਰਦਾ ਉਹਨਾਂ ਨੂੰ ਬਹੁਤ ਬਚਪਨ ਉਹਨਾਂ ਨਾਲ ਗੁਜ਼ਾਰਿਆ ਮੇਰੀ ਕੋਸ਼ਿਸ਼ ਹੁੰਦੀ ਆ ਹਰ ਐਪੀਸੋਡ ਜਿਹੜੀ ਇਹ ਕੁਛ ਨਾ ਕੁਛ ਜਿਨ੍ਹਾਂ ਨੂੰ ਮੈਂ ਪਿਆਰ ਕੀਤਾ ਜਾਂ ਕਰਦਾ ਉਹਨਾਂ ਲਈ ਦਿਲੋਂ ਪਬਲਿਕਲੀ ਮੈਂ ਉਹਨਾਂ ਨੂੰ ਜਿਹੜਾ ਸਜਦਾ ਕਰਾਂ ਤੇ ਪਬਲਿਕਲੀ ਮੈਂ ਇਹ ਗੱਲ ਮੰਨਾਂ ਸੋ ਮੈਂ ਮੰਨਦਾ ਜੀ ਮੈਂ ਮੇਰੇ ਤਾਇਆ ਜੀ ਤਾਈ ਜੀ ਦੋਨਾਂ ਨੂੰ ਮੈਂ ਬਹੁਤ ਪਿਆਰ ਕਰਦਾ ਸੀ ਤੇ ਦੋਨਾਂ ਨੇ ਮੈਨੂੰ ਬਹੁਤ ਲਾੜ ਬਖਸ਼ਿਆ ਤੇ ਉਹ ਲਾੜ ਅੱਜ ਗਾ ਯਾਦ ਆ ਗਿਆ ਅੱਖਾਂ ਥਾਣੀ ਚਲਕ ਵੀ ਪਿਆ ਸੋ ਮਾਫੀ ਚਾਹੁੰਨੇ ਆ ਵਿਸ਼ੇ ਤੋਂ ਬਾਹਰ ਹੋ ਗਿਆ ਸੀ ਆਪਾਂ ਖਾਦ ਪਾਉਣੇ ਆ ਮੈਂ ਹੁਣ ਪਾਣੀ ਛੱਡਦਾ ਤੇ ਫਿਰ ਮਿਕਸਰ ਛੱਡਦੇ ਆ ਤੇ ਨਾਲ-ਨਾਲ ਖਾਦ ਪਾਉਂਦੇ ਤੁਹਾਨੂੰ ਦਿਖਾਉਣੇ ਆ ਲਓ ਜੀ ਇੱਕ ਗੱਟਾ ਪਾਤਾ ਨਾ ਮੈਂ ਹੁਣ ਇਹ ਮਿਕਸਰ ਚੱਲ ਪਿਆ ਪੂਰੇ ਜੋਰਾਂ ਤੇ ਨਾਲ-ਨਾਲ ਘੁਲੀ ਜਉ ਨਹੀਂ ਤਾਂ ਫਿਲਟਰ 'ਚ ਜਾ ਕੇ ਫਸ ਜਾਂਦਾ ਜੇ ਬੜੀ ਤੇਜ਼ੀ ਨਾਲ ਪਾ ਦਈਏ ਸੋ ਕੋਸ਼ਿਸ਼ ਹੁੰਦੀ ਆ 10 ਗੱਟੇ ਇੱਕ-ਇੱਕ ਮਿੰਟ ਦੇ ਵਕਫੇ ਤੋਂ ਹੌਲੀ-ਹੌਲੀ ਪਾਈ ਜਾਈਦੇ ਤਾਂ ਤਾਂ ਕਿ ਇਹ ਵਿੱਚ ਫਸਣ ਨਾ ਤੇ ਘੁਲ ਜਾਣ ਦੇਖੋ ਆ ਮੋਟਰ ਦਾ ਜ਼ੋਰ ਲੱਗਣ ਲੱਗ ਗਿਆ ਮੈਂ ਥੋ ਮੈਂ ਥੋੜੀ ਜੀ ਸਪੀਡ ਨਾਲ ਘੱਟੇ ਪਾਤੇ ਆ ਤੇ ਉਹਦੇ ਨਾਲ ਦੇਖੋ ਮੋਟਰ ਦਾ ਇੱਕ ਜ਼ੋਰ ਲੱਗਦਾ ਹੁਣ ਮੈਂ ਥੋੜਾ ਜਿਆ ਰੁਕੂ ਆ ਟੁੱਪਾ ਇਹ ਲਾ ਦੇ ਨਾ ਯਾਰ ਕਿਉਂ ਹੁਣ ਤਾਂ ਛਾਂ ਐਵੇਂ ਹੀ ਲਈ ਚੜਾਈ ਬਠੰਡਾ ਕਰਤਾ ਨਾ ਉਹੀ ਕੰਮ ਫੇਰ ਸੁਕੇਰਾ ਸਾਰੇ ਘੱਟੇ ਪਾਤੇ ਆ ਜੀ ਹੁਣ ਇਹ ਰਬੇਸ਼ਵਾਰੇ ਵੀ ਮੈਂ ਦੱਸ ਦਿਆਂ ਇਹ ਰਬੇਸ਼ਾ ਜਿਹੜੀ ਅਸੀਂ ਇਦਾਂ ਨਹੀਂ ਸਿੱਟ ਸਕਦੇ ਨਾ ਹੁਣ ਸਾੜ ਨਹੀਂ ਸਕਦੇ ਇਹਦੇ ਸਪੈਸ਼ਲ ਬਿਨ ਆ ਉਹਨਾਂ ਚ ਪਾ ਕੇ ਹੀ ਸਾਨੂੰ ਇਹਨਾਂ ਨੂੰ ਡਿਸਪੋਜ਼ ਭੇਜਣੀ ਪੈਣੀ ਆ ਸੋ ਇਹ ਮੈਂ ਹੁਣ ਇਕੱਠੇ ਕਰਕੇ ਇੱਕ ਬੈਗ ਚ ਪਾ ਲੂਗਾ ਤੇ ਫਿਰ ਜੋ ਜਾਂਦਾ ਉਥੇ ਡਰੌਪ ਕਰ ਜੂਗਾ ਇਹ ਮੁਲਕ ਤਾਂ ਹੀ ਸਾਫ਼ ਸੁਥਰਾ ਵੀ ਇਸ ਮੁਲਕ ਦੇ ਵਿੱਚ ਹਰ ਬੰਦਾ ਆਪਦੀ ਜ਼ਿੰਮੇਵਾਰੀ ਨਿਭਾਉਂਦਾ ਵੀ ਮੈਂ ਕੁਛ ਨਾ ਕੁਛ ਜਿਹੜੇ ਇਹਨੂੰ ਸਾਫ਼ ਰੱਖਣ ਚ ਆਪਦਾ ਯੋਗਦਾਨ ਪਾਵਾਂ ਸੋ ਜੋ ਵੀ ਰਵਿਸ਼ ਜਿੱਥੇ ਵੀ ਹੁੰਦੀ ਆ ਜ਼ਿੰਮੇਵਾਰੀ ਨਾਲ ਉਹਨੂੰ ਸੰਭਾਲੀ ਜਾਂਦੀ ਆ ਬਸ ਇਹੀ ਲੋੜ ਆ ਸਾਡੇ ਮੁਲਕ ਦੇ ਵਿੱਚ ਵੀ ਇਹ ਜ਼ਿੰਮੇਵਾਰੀ ਸਮਝਣ ਦੀ ਵੀ ਕਿ ਨਿੱਕਾ ਆ ਜਾ ਵੀ ਕਾਗਜ਼ ਦਾ ਟੋਟਾ ਸਿੱਟਣ ਤੋਂ ਪਹਿਲਾਂ ਸਾਨੂੰ ਸੋਚਣਾ ਚਾਹੀਦਾ ਮੈਂ ਨਾ ਗੱਟੇ ਇਕੱਠੇ ਕਰੀ ਜਾਂਦਾ ਸੀ ਤੇ ਇੱਕ ਗੱਲ ਹੋਰ ਜੇ ਤੇ ਆ ਗਈ ਗੱਲ ੜੀ ਬੰਦੇ ਨੂੰ ਇਹ ਵੀ ਵਾਲੀ ਪ੍ਰੋਬਲਮ ਹੁੰਦੀ ਉਹਦੇ ਕੋਲ ਡਾਟਾ ਹੀ ਇੰਨਾ ਹੁੰਦਾ ਫਿਰ ਉਹ ਵਿੱਚ ਮਿਕਸ ਅਪ ਜੇ ਹੋਈ ਜਾਂਦਾ ਵੈਸੇ ਤਾਂ ਮੈਂ ਗੂੜੇ ਰੰਗਾਂ ਦਾ ਸ਼ਕੀਨ ਹਾਂ ਤੁਸੀਂ ਦੇਖਿਆ ਹੋਣਾ ਮੇਰਾ ਰੰਗ ਵੀ ਗੂੜਾ ਤੇ ਮੈਂ ਫਿਰ ਵੀ ਗੂੜੇ ਗੂੜੇ ਰੰਗ ਪਾਉਣਾ ਤੇ ਮੈਨੂੰ ਲੋਕ ਬਹੁਤ ਟੋਕਦੇ ਆ ਵੀ ਸ਼ਰਮ ਨਹੀਂ ਆਉਂਦੀ ਤੈਨੂੰ ਇਹੋ ਜਿਹੇ ਤੋਤੇ ਰੰਗੀਆਂ ਟੀ-ਸ਼ਰਟਾਂ ਪਾਉਂਦੇ ਨੂੰ ਪਰ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਨੂੰ ਚੰਗੀਆਂ ਲੱਗਦੀਆਂ ਜਿਹੜੀਆਂ ਚੀਜ਼ਾਂ ਰੂਹ ਦੀ ਸਕੂਨ ਦਿੰਦੀਆਂ ਮੈਂ ਕਰਦਾ ਜਦੋਂ ਅਸੀਂ ਖਾਦ ਦੇ ਗੱਟਿਆਂ ਦੀ ਗੱਲ ਕਰ ਰਹੇ ਸੀ ਸਕੂਲ ਵੇਲੇ ਸਕੂਲ ਵੇਲੇ ਉਹ ਗੱਟੇ ਚਿੱਟੇ ਰੰਗ ਦੇ ਹੁੰਦੇ ਸੀ ਯਾਦ ਕਰ ਤੇ ਉਹ ਵੀ ਸੋਹਣੇ ਲੱਗ ਜਾਂਦੇ ਤੇ ਕਾਲਾ ਜਾਂ ਛਾਪਾ ਹੁੰਦਾ ਸੀ ਜੇ ਮੈਂ ਕਿਹਾ ਉਸ ਟਾਈਮ 'ਚ ਹਰੇ ਲਾਲ ਪੀਲੇ ਗੱਟੇ ਹੁੰਦੇ ਮੇਰੀ ਤਾਂ ਜਾਨ ਨਿਕਲ ਜਾਂਦੀ ਐ ਏਡਾ ਸੋਹਣਾ ਗੱਟਾ ਤੇ ਫਿਰ ਤਾਂ ਮੈਂ ਇਹਦਾ ਡਿਜ਼ਾਈਨ ਦਾ ਝੋਲਾ ਸਮੋਇਆ ਕਰਦਾ ਕਿਸੇ ਨਾ ਕਿਸੇ ਮਾਤਾ ਤੋਂ ਜਾਂ ਤਾਈ ਜੀਰੋਂਦੋ ਪਰ ਉਦੋਂ ਵੀ ਜੇਬਾਂ ਲਾ ਕੇ ਸਮਾਉਂਦੇ ਰਹੇ ਆ ਪਰ ਉਹ ਚਿੱਟੇ ਹੁੰਦੇ ਸੀ ਤੇ ਬਚਪਨ ਚ ਕਲਰ ਹੋਰ ਜਿਆਦਾ ਚੰਗੇ ਲੱਗਦੇ ਆ ਤੇ ਤਾਂ ਮੰਨਣਾ ਪੈਣਾ ਪਰ ਮੈਂ ਤਾਂ ਹਜੇ ਵੀ ਉਹੋ ਜਿਹਾ ਹੀ ਆ ਮੇਰੇ ਤੇ ਬਾਲਾ ਫਰਕ ਨਹੀਂ ਆਇਆ ਮੈਂ ਹਜੇ ਵੀ ਜਵਾਕਾਂ ਵਾਲੀ ਹਰਕਤਾਂ ਕਰਦਾ ਜਵਾਕਾਂ ਵਾਂਗੂੰ ਜ਼ਿੰਦਗੀ ਚ ਜਿਉਣਾ ਤੇ ਕਈ ਵਾਰੀ ਇਸ ਲਈ ਘਰੇ ਵੀ ਝਿੜਕਾਂ ਖਾ ਪੈਂਦੀਆਂ ਰਹਿੰਦੀਆਂ ਆ ਵੀ ਕਦੇ ਤਾਂ ਸਿਆਣੇ ਹੋ ਜਾਓ ਪਤਾ ਨਹੀਂ ਇਹ ਬੰਦਾ ਕਦੋਂ ਸਿਆਣਾ ਹੋਊਗਾ ਅਕਸਰ ਇਹ ਸ਼ਬਦ ਮੈਨੂੰ ਸੁਣਨ ਨੂੰ ਮਿਲਦੇ ਆ ਕਹੀ ਜੋ ਕੋਈ ਫਰਕ ਨਹੀਂ ਪੈਂਦਾ ਮੋਟੀ ਪੂਛ ਵਾਲਿਆ ਸੋ ਹੁਣ ਇਹ ਖੁਰ ਰਹੀ ਹੈ ਜੀ ਖਾਦ ਤਕਰੀਬਨ ਖੁਰ ਗਈ ਖੁਰਕੀ ਰਹੀ ਆ ਹੁਣ ਮੈਂ ਮੇਨ ਪੰਪ ਸਟਾਰਟ ਕਰ ਦਾਂਗਾ ਮੇਨ ਪੰਪ ਸਟਾਰਟ ਕਰਕੇ ਫਿਰ ਇੰਜੈਕਟ ਕਰਦਾ ਤੇ ਉਦੋਂ ਬਾਅਦ ਬੇਲਾ ਬਾਬਾ ਜੀ ਫਿਰ ਆਪਾਂ ਨੂੰ ਕੋਈ ਕੰਮ ਨਹੀਂ ਇਹਨੇ ਜਾਣਾਗਾ ਬੜੀ ਸਲੋਲੀ ਸਲੋਲੀ ਡੇਢ ਤੋਂ 2 ਘੰਟਿਆਂ ਦੇ ਵਿੱਚ ਡ੍ਰਿਪ ਵਜ ਦੀ ਲੰਘਣਾ ਤੇ ਮੇਰੀ ਕੋਸ਼ਿਸ਼ ਹੁੰਦੀ ਆ ਵੀ ਪਹਿਲਾ ਘੰਟਾ ਕਿ ਚਲਾ ਦਿੰਨਾ ਇਹਨੂੰ ਪਹੁੰਚਣ ਤੋਂ ਮੇਨ ਪੰਪ ਨੂੰ ਤਾਂ ਕਿ ਸੁੱਕੀਏ ਸੁੱਕੇ ਤੇ ਨਾ ਖਾਦ ਜਾਵੇ ਤੇ ਬਾਅਦ ਚੰਦਾ ਘੰਟਾ ਚਲਾ ਦਰਾਂ ਤਾਂ ਕਿ ਪਾਈਪਾਂ ਕਲੀਅਰ ਹੋ ਜਾਣ ਪਰ ਅੱਜ ਮੈਂ ਰਾਤ ਹੀ ਪਾਣੀ ਲਾਇਆ ਸੁੱਕਾ ਨਹੀਂ ਹੈਗਾ ਗਿੱਲਾ ਹੀ ਹੈ ਧਰਤੀ ਇਸ ਲਈ ਮੈਂ ਪਹਿਲਾਂ ਨਹੀਂ ਚਲਾਇਆ ਤੇ ਹੁਣ ਮੈਂ ਪੰਪ ਨੂੰ ਚ ਆਨ ਕਰਦਾ ਮੈਨੂਲੀ ਵੈਸੇ ਤਾਂ ਆਟੋ ਤੇ ਲੱਗਿਆ ਹੋਇਆ ਹਰ ਰਾਤ ਨੂੰ ਆਪੇ ਚੱਲਦਾ ਹੈਗਾ 4 ਘੰਟੇ ਪਰ ਹੁਣ ਮੈਂ ਮੈਨੂਲੀ ਔਨ ਕਰਕੇ ਤੇ ਇਹਨੂੰ ਖਾਦ ਨੂੰ ਇੰਜੈਕਟਰ ਜਦੋਂ ਇੱਥੋਂ ਤੱਕ ਭਰ ਗਿਆ 2000 ਲੀਟਰ ਹੋ ਜਾਂਦਾ ਇੱਥੇ ਉਸ ਤੋਂ ਬਾਅਦ ਇਹਦੀ ਇਨਪੁਟ ਬੰਦ ਕਰ ਦੂਗਾ ਪਾਣੀ ਦੀ ਬਸ ਫਿਰ ਇਹਦੀ ਚ ਆਉਟਪੁਟ ਹੋਊਗੀ ਸੋ ਦੇਖਦੇ ਰਹੋ ਜੀ ਆਹ ਦੇਖੋ ਜੀ ਹੁਣ ਆ ਮਿਕਸਿੰਗ ਹੋ ਰਹੀ ਆ ਇੱਕ ਪਾਸੇ ਇਹ ਮਿਕਸਿੰਗ ਪੰਪ ਚੱਲ ਰਿਹਾ ਤੇ ਆਹ ਦੂਜਾ ਪੰਪ ਇੰਜੈਕਟ ਕਰ ਰਿਹਾ ਤੇ ਹੁਣ ਪਾਣੀ ਆ ਪੰਪ ਵਿੱਚ ਵੀ ਹੋ ਕੇ ਤੇ ਡ੍ਰਿਪ ਤੁਹਾਨੂੰ ਦਿਖਾ ਦਿੰਦੇ ਆ ਜੀ ਹੁਣ ਆਹ ਧੁਮਕੇ ਆਉਣ ਲੱਗ ਗਏ ਇੱਥੇ ਜੀ ਲਓ ਜੀ ਆਹ ਦੇਖ ਲਿਓ ਜੀ ਧੁਮਕੇ ਕਿੱਡੇ ਕਿੱਡੇ ਦਿਖਦੇ ਆ ਇਧਰੋਂ ਦਿਖਾਣਾ ਲੋ ਜੀ ਇਹਨੂੰ ਕਹਿੰਦੇ ਆ ਤੁਪਕਾ ਸਚਾਈ ਹਾਂ ਦੇਖੋ ਜੀ ਹੁਣ ਇਹ ਬੂਟੇ ਦੇ ਦੋਨੇ ਪਾਸੇ ਦੀ ਪਾਈਪਾਂ ਵਿਛੀਆਂ ਹੋਈਆਂ ਤੁਸੀਂ ਦੇਖੋ ਇਹ ਆ ਦੇਖੋ ਜੀ ਆ ਬੂਟੇ ਦੇ ਦੋਨੇ ਪਾਸੇ ਦੀ ਪਾਈਪਾਂ ਵਿਛੀਆਂ ਹੋਈਆਂ ਸੋ ਕੱਲੀ-ਕੱਲੀ ਜਾੜ ਤੇ ਤੱਕ ਇਹ ਜਿਹੜਾ ਪਾਣੀ ਆ ਹੁਣ ਪਹੁੰਚ ਜਾਣਾਗਾ ਤੇ ਸਾਰੇ ਦੇ ਸਾਰੇ ਇਹ ਤਕਰੀਬਨ 13 ਏਕੜ ਆ ਇਹ 13 ਏਕੜ ਨੂੰ ਸਾਰੇ ਦੇ ਸਾਰੇ ਨੂੰ ਪਾਣੀ ਲੱਗ ਜਾਣਾ ਲਓ ਜੀ ਫਿਰ ਇਸ ਵੀਡੀਓ ਨੂੰ ਨਿਪੇਟਿਏ ਆਪਾਂ ਇੱਥੇ ਕਿਉਂਕਿ ਫਿਰ ਤੁਸੀਂ ਕਹੋਗੇ ਮੈਂ ਫालतू ਦੀਆਂ ਗੱਲਾਂ ਗੱਲ ਤਾਂ 1-2 ਮਿੰਟ ਦੀ ਹੁੰਦੀ ਤੇ ਦਿਖਾਉਣ ਦੀ ਬਾਕੀ ਟਾਈਮ ਮੈਂ ਮਗਜੀ ਖਾਣਾ ਹੋਂਨਾ ਪਰ ਆਦਤ ਸੇ ਮਜਬੂਰ ਆ ਇਹਦੇ ਲਈ ਮਾਫੀ ਚਾਹਣਾ ਸੋ ਦੋਸਤੋ ਇਹ ਸੀਗਾ ਖਾਦ ਦਾ ਪ੍ਰਕਿਰਿਆ ਇਹ ਮੈਂ ਹੁਣ ਮੈਨੂੰ ਲੋਕ ਪੁੱਛਣਗੇ ਆਮ ਹੀ ਵੀ ਕਿੰਨੇ ਕਿੱਲਿਆਂ ਨੂੰ ਪਾਈ ਤੇ ਹੋਰ ਕਈ ਸਵਾਲ ਆਉਣਗੇ ਪਹਿਲਾਂ ਮੈਂ ਦੱਸ ਦਿਆਂ ਜੀ ਇਹ 13 ਕਿੱਲੇ ਸੰਤਰਾ ਦਾ ਫਾਰਮ ਆ ਤੇ ਇਹ 13 ਕਿੱਲਾਂ ਲਈ ਅੱਜ ਜਿਹੜੀ ਰეკਮੈਂਡਡ ਸੀ ਅੱਜ ਇੰਨੀ ਸੀ ਤੇ ਜਿਹੜੀ ਟੋਟਲ ਹੁਣ ਮੇਰੇ ਹਿਸਾਬ ਨਾਲ ਦੋ ਕੁ ਖਾਦਾਂ ਹੋ ਰਹੀਆਂ ਨਿਕਲਣ ਵਾਲੀਆਂ ਜਿਹੜੀਆਂ ਇਸ ਤੋਂ ਬਾਅਦ ਕੱਢਣੀਆਂ ਤੇ ਕਈ ਵਾਰੀ ਇਹ ਲਿਕਵਿਡ ਫਾਰਮ ਚ ਹੁੰਦੀ ਆ ਜਿਵੇਂ ਤੁਹਾਨੂੰ ਡਰਮ ਦਿਖਾਏ ਜੋ ਡਰਮ ਆਉਂਦੇ ਆ ਹਜ਼ਾਰ-ਹਜ਼ਾਰ ਲੀਟਰ ਦੇ ਤੇ ਅਸੀਂ ਫਿਰ ਉਹਨਾਂ ਨੂੰ ਕਨੈਕਟ ਕਰ ਦਿੰਨੇ ਆ ਡਾਇਰੈਕਟ ਵੀ ਹੋ ਜਾਂਦਾ ਤੇ ਇਹਦੇ ਵਿੱਚ ਮਿਕਸ ਵੀ ਕਰ ਦਿੰਨੇ ਆ ਜੇ ਮੰਨ ਲਓ ਉਹਨਾਂ ਨੇ ਕਹਿਤਾ ਵੀ 20 ਲੀਟਰ ਪਰ ਏਕੜ ਦੀ ਪਾਉਣੀ ਆ ਤਾਂ ਅਸੀਂ ਉਹਨਾਂ ਨੂੰ ਜੋੜ ਕੇ 2.5 ਕੁਇੰਟਲ ਬਣੀ ਉਹ ਪਾ ਦਿੰਨੇ ਆ ਇਹਦੇ ਵਿੱਚ 2.5 250 ਲੀਟਰ ਸੋ ਇਦਾਂ ਵੀ ਚੱਲਦਾ ਪਰ ਜਿਹੜੀ ਮੇਨ ਜੇ ਹੁਣ ਆਪਾਂ ਜਿਹੜਾ ਅੱਜ ਦੇ ਐਪੀਸੋਡ ਦਾ ਦੇਖੀਏ ਤਾਂ ਅੱਜ ਦੇ ਐਪੀਸੋਡ ਦੇ ਵਿੱਚ ਆਪਾਂ ਇੱਕੋ ਚੀਜ਼ ਜਿਹੜੀ ਕਵਰ ਕੀਤੀ ਹੈ ਸੰਤ੍ਰਿਆਂ ਨੂੰ ਖਾਦਾਂ ਦਾ ਪ੍ਰੋਸੈਸ ਤੇ ਇਹ ਖਾਦਾਂ ਦਾ ਪ੍ਰੋਸੈਸ ਟੋਟਲ ਸਤੰਬਰ ਤੋਂ ਲੈ ਕੇ ਫਰਵਰੀ ਤੱਕ 6 ਤੋਂ 8 ਵਾਰੀ ਲਾ ਲਓ ਵੱਧ ਤੋਂ ਵੱਧ 10 ਵਾਰੀ ਲਾ ਲਓ 10 ਵਾਰੀ ਹੁੰਦਾ ਬਹੁਤੇ ਲੋਕ ਉੱਤੇ ਵੀ ਸਪਰੇਅ ਕਰਦੇ ਆ ਖਾਦਾਂ ਦੀ ਜ਼ਿੰਕ ਮੈਗਨੀਜ਼ ਤੇ ਹੋਰ ਪਰ ਮੈਂ ਮੈਨੂੰ ਲੱਗਦਾ ਇਕੱਲਾ ਹੀ ਬੰਦਾ ਹੂੰ ਰਿਵਰ ਲੈਂਡ ਦੇ ਵਿੱਚ ਜਿਹੜਾ ਕਿ ਸੰਤਰਿਆਂ ਦੇ ਉੱਤੇ ਕੋਈ ਸਪਰੇਅ ਨਹੀਂ ਕਰਦਾ ਮੈਂ ਇੱਕ ਆਰਗੇਨਿਕ ਵਰਗੀ ਸਮਝੋ ਤੁਸੀਂ ਉੱਤੇ ਕੋਦੇ ਕੋਈ ਚਾਹੇ ਮੈਂ ਇਹ ਵੀ ਨਹੀਂ ਪਾਇਏ ਕਿਤੇ ਜਿਹੜੇ ਤਾਤਾਂ ਘਾਟਾਂ ਦੇ ਉਹ ਵੀ ਨਹੀਂ ਮੈਂ ਉੱਤੇ ਕਰਦਾ ਮੈਂ ਸਾਰੇ ਇਹਦੀ ਜ਼ਮੀਨ ਚ ਕੱਢਦਾ ਮੇਰਾ ਮੰਨਣਾ ਜਾਂ ਮੇਰੇ ਬਜ਼ੁਰਗਾਂ ਨੇ ਸਿਖਾਇਆ ਮੈਨੂੰ ਮੈਂ ਤਕਰੀਬਨ ਜਨਮ ਹੀ ਉਸ ਘਰੇ ਲਿਆ ਜਿੱਥੇ ਬਾਗਬਾਨੀ ਸੀ ਤੇ ਪਹਿਲੇ ਬਾਗਬਾਨ ਸੀ ਅਸੀਂ ਹਰਿਆਣਾ ਪੰਜਾਬ ਜੋ ਸਾਂਝਾ ਸੀ ਸਾਨੂੰ ਰਜਿਸਟ੍ਰੇਸ਼ਨ ਵੀ ਇੱਕ ਨੰਬਰ ਮਿਲੀ ਹੋਈ ਹੈ ਮੈਂ ਕਈ ਵਾਰੀ ਜ਼ਿਕਰ ਕੀਤਾ ਤਾਂ ਮੈਂ ਆਪਦੇ ਬਜ਼ੁਰਗਾਂ ਤੋਂ ਹੀ ਸਿੱਖਿਆ ਵੀ ਜੇ ਬੂਟੇ 'ਚ ਜਾਣ ਹੋਵੇ ਤਾਂ ਉਹਨੂੰ ਜ਼ਰੂਰੀ ਨਹੀਂ ਹੁੰਦਾ ਵੀ ਉੱਤੋਂ ਵੀ ਉਹਦੇ ਤੇ ਕੋਈ ਸਪਰੇਆ ਕਰਨੀ ਬਹੁਤ ਸਾਰੀਆਂ ਬਿਮਾਰੀਆਂ ਨਾਲ ਜਿਵੇਂ ਸਾਡੀ ਬਾਡੀ ਆ ਇਮਿਊਨ ਸਿਸਟਮ ਤੱਕੜਾ ਤਾਂ ਆਪ ਹੀ ਲੜ ਲੈਂਦੀ ਆ ਤੇ ਆਪੇ ਆਪਦੇ ਆਪ ਨੂੰ ਰਿਪੇਅਰ ਕਰ ਲੈਂਦੀ ਆ ਉਹੀ ਚੀਜ਼ ਬੂਟਿਆਂ ਚ ਹੁਣ ਜਿਹੜੇ ਸਾਡੇ ਬੂਟੇ ਆ ਸਾਡੇ ਬੂਟਿਆਂ ਨੂੰ ਹਜੇ ਤੱਕ ਕਹਿ ਸਕਦੇ ਆਂ ਵੀ ਪਰਮਾਤਮਾ ਦੀ ਮਿਹਰ ਆ ਕੋਈ ਇਦਾਂ ਦੀ ਬਿਮਾਰੀ ਦੀ ਲੋ ਪਈ ਨਹੀਂ ਕਿਉਂਕਿ ਬੂਟਿਆਂ ਚ ਜਾਨ ਆ ਗਈ ਆ ਪਿਛਲੇ 3-4 ਸਾਲਾਂ ਚ ਉਹਨਾਂ ਨੂੰ ਖਰਾਕ ਹੀ ਨਹੀਂ ਦਿੱਤੀ ਜਾਂਦੀ ਆ ਇੱਕ 92 ਤਰੀਕੇ ਨਾਲ ਖਰਾਕ ਦਿੱਤੀ ਜਾਂਦੀ ਆ ਇਹ ਵੀ ਨਹੀਂ ਵੀ ਇੱਕ ਦਿਨ ਰਜਾ ਦਈਏ ਦੂਜੇ ਦਿਨ ਭੁੱਖੇ ਰੱਖੀਏ ਇੱਕ ਉਹਦਾ ਪੂਰਾ ਬਣ ਸੋ ਇਹ ਐਪੀਸੋਡ ਤੁਹਾਨੂੰ ਕਿਦਾਂ ਦਾ ਲੱਗਿਆ ਤੇ ਕਿਦਾਂ ਦੀਆਂ ਲੱਗੀਆਂ ਗੱਲਾਂ ਬਾਤਾਂ ਇਹ ਤੁਹਾਡੇ ਕਮੈਂਟਾਂ ਦਾ ਸਾਨੂੰ ਇੰਤਜ਼ਾਰ ਰਹੂਗਾ ਜਿੰਨਾ ਕਿ ਚਿਰ ਹਜੇ ਅਨਮਾ ਕੰਮ ਤੇ ਕੋਵਿਡ ਦੇ ਵਿੱਚੋਂ ਹਜੇ ਨਿਕਲ ਰਹੇ ਆਂ ਵਾਰ ਉਹਨਾਂ ਚ ਇੱਕ ਤੁਸੀਂ ਇੱਥੇ ਮੇਰੇ ਖੇਤ ਦੀਆਂ ਜਾਂ ਆਲੇ-ਦੁਆਲੇ ਦੀਆਂ ਛੋਟੀਆਂ-ਛੋਟੀਆਂ ਵੀਡੀਓ ਦੇਖੋ ਤੇ ਪਰ ਮੈਂ ਵਾਅਦਾ ਕਰਦਾ ਬਹੁਤ ਕੁਝ ਵੱਡੀਆਂ ਚੀਜ਼ਾਂ ਲੈ ਆ ਕੇ ਦਿਖਾਉਣੀਆਂ ਚਾਹੁੰਨੇ ਆ ਤੁਹਾਨੂੰ ਬਹੁਤ ਕੁਝ ਜਿਹੜੀਆਂ ਰੇਅਰ ਤੇ ਵੱਡੀਆਂ ਚੀਜ਼ਾਂ ਜਿਹੜੀਆਂ ਅਸੀਂ ਪਲਾਨ ਕਰ ਰੱਖੀਆਂ ਸੋ ਉਹ ਵੀ ਦਿਖਾਵਾਂਗੇ ਪਰ ਤੁਹਾਡੀ ਹੱਲਾਸ਼ੀਰੀ ਜ਼ਰੂਰੀ ਆ ਜੋ ਜਿਵੇਂ ਤੁਸੀਂ ਹਲਾਸ਼ੀਰੀ ਹੁਣ ਤੱਕ ਦਿੱਤੀ ਆ ਉਮੀਦ ਆ ਹੋਰ ਵੀ ਦਿਓਗੇ ਤੇ ਇਹ ਇੰਨੇ ਸ਼ਬਦਾਂ ਨਾਲ ਹੁਣ ਮੈਨੂੰ ਤੁਸੀਂ ਦਿਓ ਇਜਾਜ਼ਤ ਕਿਉਂਕਿ ਮੇਰਾ ਹੁਣ ਹੋਰ ਤਾਂ ਕੋਈ ਕੰਮ ਨਹੀਂ ਰਿਹਾ ਤੇ ਕੰਮ ਮੇਰਾ ਹੁਣ ਰਹਿ ਗਿਆ ਬਸ ਕੱਲਾ ਬੈਠ ਕੇ ਤੇ ਤੁਹਾਡੇ ਕਮੈਂਟ ਪੜਨਾ ਤੇ ਤੁਹਾਡੀਆਂ ਜਿਹੜੀਆਂ ਦਿੱਤੀਆਂ ਸਲਾਹਾਂ ਨੂੰ ਮੰਨਣਾ ਅੱਜ ਮੇਰੇ ਕੋਲ ਇਹੀ ਕੰਮ ਆ ਤੇ ਇਸ ਤੋਂ ਬਾਅਦ ਮੇਰੇ ਕੋਲੇ ਮਹਿਮਾਨ ਆਉਣੇ ਆ ਪਿਛਲਾ ਪੈਰ ਮੇਰਾ ਮਹਿਮਾਨਾਂ ਦੇ ਲੇਖੇ ਲੱਗ ਜਾਂਦਾ ਹਰ ਰੋਜ਼ ਕੋਈ ਨਾ ਕੋਈ ਕਿਤੇ ਨਾ ਕਿਤੇ ਮਹਿਮਾਨ ਆਉਂਦੇ ਆ ਤੇ ਅੱਜ ਵੀ ਆਉਣੇ ਆ ਕੱਲ ਨੂੰ ਵੀ ਆਉਣੇ ਆ ਪਰਸੋਂ ਹੁਣੇ ਫੋਨ ਆਇਆ ਕੋਈ ਪਾਕਿਸਤਾਨੀ ਸੱਜਣਾ ਕਹਿੰਦੇ ਜੀ ਅਸੀਂ ਆਉਣਾ ਆਓ ਜੀ ਆਓ ਜੀ ਆਇਆਂ ਨੂੰ ਜਿਹਨੇ ਵੀ ਆਉਣਾ ਮੜੀ ਜੀ ਘੰਟੀ ਮਾਰ ਲਓ ਜਿੱਥੇ ਵੀ ਹਾਂ ਉੱਥੇ ਮਿਲਣ ਨੂੰ ਤਿਆਰ ਆ ਕੋਈ ਇਦਾਂ ਨਹੀਂ ਹੈ ਵੀ ਆਪਾਂ ਹੋਣੀ ਹੈ ਤੇ ਬਾਕੀ ਜਿਹੜੀ ਕੋਈ ਜਿੰਨੀ ਕਿ ਇਨਫੋਰਮੇਸ਼ਨ ਮੇਰੇ ਕੋਲੇ ਹੈਗੀ ਉੰਨੀ ਕੁ ਮੈਂ ਪਾਸ ਆਨ ਕਰ ਦਿੰਦਾ ਹੋ ਸਕਦਾ ਹੈ ਕਈਆਂ ਨੂੰ ਇਹਨੂੰ ਇਨਫੋਰਮੇਸ਼ਨ ਗਲਤ ਲੱਗੇ ਕਿਤੇ ਮੈਂ ਅਧੂਰਾ ਹੋਵਾਂ ਤੇ ਜਿਹੜੇ ਮੇਰੇ ਜਾਣਕਾਰ ਸੱਜਣ ਜਾਂ ਚਾਹਣ ਵਾਲੇ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਮੈਨੂੰ ਦਰਸਤ ਕਰ ਸਕਦੇ ਹੋ ਮੈਨੂੰ ਬੜੀ ਖੁਸ਼ੀ ਹੁੰਦੀ ਕੁਝ ਗਲਤ ਕਰ ਰਿਹਾ ਜਾਂ ਗਲਤ ਦੱਸ ਰਿਹਾ ਮੈਨੂੰ ਦਰੁਸਤ ਕਰ ਸਕਦੇ ਆ ਤੁਹਾਨੂੰ ਰਾਈਟ ਆ ਪਰ ਭਾਸ਼ਾ ਚੰਗੀ ਰੱਖ ਕੇ ਸੋ ਬਹੁਤ ਬਹੁਤ ਮਿਹਰਬਾਨੀ ਜੀ ਸਤਿ ਸ਼੍ਰੀ ਅਕਾਲ